ਖਬਰਾਂ ਦੇ ਸਬਲਟਿਨਸ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਮੁੜ ਰਫਤਾਰ ਦੇਣ ਲਈ ਸਰਕਾਰ ਨੇ ਅਨੇਕਾਂ ਕਦਮ ਉਠਾਏ ਨੇ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵਿੱਚ ਭਾਰਤ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ ਸਿਹਤ ਮੰਤਲ ਦੇ ਮੁਤਾਬਕ ਕੋਰੋਨਾ ਮਰੀਜ਼ਾਂ ਦੇ ਸਿਹਤ ਇਤਿਜਾਬ ਮੌਨ ਦੀ ਦਰ ਵੱਧ ਕੇ 58.13% ਹੋਈ। ਬੀਤੇ 24 ਘੰਟਿਆਂ ਵਿੱਚ 10244 ਮਰੀਜ਼ ਕੋਰੋਨਾ ਮੁਕਤ ਹੋਏ। ਪੰਜਾਬ ਵਿੱਚ ਕੋਵਿਡ-19 ਦੀ ਪੁਸ਼ਟੀ ਵਾਲੇ ਕੇਸ ਦੀ ਗਿਣਤੀ 4957 ਹੋਈ। ਕੋਰੋਨਾ ਵਾਇਰਸ ਦੀ ਸਥਿਤੀ ਸੰਬੰਧੀ ਕੇਂਦਰੀ ਸਿਹਤ ਮੰਤਰੀ ਦੀ ਪ੍ਰਧਾਨ ਮੰਤਰੀ ਅਦੇਸ਼ ਮੋਦੀ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਭਾਰਤ ਨੇ ਅਸਲ ਕੰਟਰੋਲ ਰੇਖਾ ਦੀ ਸਥਿਤੀਬੁਧ ਤਬਦੀਲੀ ਨਹੀਂ ਦੇ ਕੇ ਚੀਨ ਨੂੰ ਵਰਜਿਆ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਬੇਬੁਨਿਆਦ ਦਾਅਵਿਆਂ ਨਾਲ ਅਸਲ ਸਥਿਤੀ ਨੂੰ ਬਦਲਿਆ ਨਹੀਂ ਜਾ ਸਕਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੀਆ ਕਾਸ਼ਵੰਦ ਦੇ ਪ੍ਰੋਗਰਾਮਾਂ ਦੀ ਬਾਤ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਮੋੜ ਪੈਰਾਸਰ ਕਰਨ ਲਈ ਕੇਂਦਰ ਸਰਕਾਰ ਨੇ अनेका ਕਦਮ ਚੁੱਕੇ ਨੇ ਡਾਕਟਰ ਜੋਸੇਫ ਮਾਰਥੋਮਾ ਦੇ ਨਬ ਮੇ ਜਨਮ ਦਿਵਸ ਮਾਗਮ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਅਰਥਚਾਰੇ ਨਾਲ ਸੰਬੰਧਿਤ ਥੋੜੇ ਅਤੇ ਲੰਬੇ ਸਮੇਂ ਦੇ ਮੁੱਦਿਆਂ ਵਿਚਾਰਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ ਤੋਂ ਪੁਲਾੜ ਤੱਕ ਖੇਤਾਂ ਤੋਂ ਫੈਕਟਰੀਆਂ ਤੱਕ ਲੋਕ ਪੱਤੀ ਅਤੇ ਅਰਥਚਾਰੇ ਦੇ ਵਾਧੇ ਦੇ ਹੱਕ ਵਿੱਚ ਕਈ ਫੈਸਲੇ ਲਏ ਗਏ ਨੇ ਉਨ੍ਹਾਂ ਕਿਹਾ ਕਿ ਸਰਕਾਰ ਟੈਕਨੋਲੋਜੀ ਅਤੇ ਬੁਨਿਆਦੀ ਢਾਂਚੇ ਦੀ ਲੜੀ ਨੂੰ ਵਧੇਰੇ ਮਜ਼ਬ कोरोना दी स्थिति ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਕਾਫੀ ਹੱਦ ਤੱਕ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਾਰਾ ਵਿਸ਼ਵ ਇਸ ਆਲਮੀ ਮਹਾਂਮਰੀ ਨਾਲ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਰੋਨਾ ਦੇ ਖਿਲਾਫ ਸਫਲਤਾਪੂਰਵਕ ਜੰਗ ਲੜ ਰਿਹਾ ਹੈ ਤੇ ਦੇਸ਼ ਵਿੱਚ ਕਰੋਨਾ ਤੋਂ ਸਿਹਤਯਾਬ ਹੁੰਦੀ ਦਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਂਮਰੀ ਦੇ ਇਸ ਸਮੇਂ ਦੌਰਾਨ ਸਾਨੂੰ ਅਵਿਸ਼ਲੇ ਨਹੀਂ ਹੋਣਾ ਚਾਹੀਦਾ ਤੇ 2 ਗਜ ਦੀ ਦੂਰੀ ਦੇ ਨਾਲ-ਨਾਲ ਹੋਰ ਨਾਜ਼ਰ ਰੱਖਿਆ ਸਾਵਧਾਨੀਆਂ ਦੇ ਵੀ ਵਰਤੋਂ ਕਰਨੀ ਚਾਹੀਦੀ ਹੈ। sea to space from the farms to the factories people friendly and growth friendly decisions have been taken the call for Atmanirbhar Bharat, self-reliant india will ensure economic strength and prosperity for every indian ڈاکٹر 마토ਮ데 জীবন ਦਾ ਜ਼ਿਕਰ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਗਰੀਬੀ ਨੂੰ ਘਟ ਕਰਨ ਅਤੇ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਨਾ ਭੁੱਲਣ ਯੋਗ ਯੋਗਦਾਨ ਪਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਆਜ਼ਾਦੀ ਦੀ ਜੰਗ ਤੇ ਐਮਰਜੈਂਸੀ ਕਾਲ ਵਿੱਚ ਵੀ ਉੱਗਾ ਯੋਗਦਾਨ ਦੇ ਹੈ ਕੋਵਿਡ-19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧ ਕੇ 58.3 ਫੀਸਦ ਹੋ ਗਈ ਹੈ ਸਿਹਤ ਮਹਿਕਮੇ ਮੁਤਾਬਕ ਬੀਤੇ 24 ਘੰਟੇ ਵਿੱਚ 10244 ਮਰੀਜ਼ ਸਿਹਤਯਾਬ ਹੋਏ ਨੇ ਦੇਸ਼ ਭਰ ਵਿੱਚ ਕੋਵਿਡ-19 ਦੀ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵਧ ਕੇ 508953 ਹੋ ਗਈ ਹੈ ਜਾਣਕਾਰੀ ਮੁਤਾਬਕ ਹੁਣ ਤੱਕ 295881 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਅਤੇ 15685 ਮਰੀਜ਼ਾਂ ਦੀ ਮੌਤ ਹੋਈ ਹੈ ਮਹਿਕਮੇ ਅਨੁਸਾਰ 1 ਲੱਖ 97387 ਮਰੀਜ਼ ਇਲਾਜ ਅਧੀਨ ਨੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 152765 ਕੋਵਿਡ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 79815 ਸਿਹਤਯਾਬ ਹੋਏ ਨੇ ਸੂਬੇ ਵਿੱਚ 7106 ਮਰੀਜ਼ ਕਰੋਨਾ ਮਹਾਮਾਰੀ ਕਾਰਨ ਜਾਨ ਗਵਾ ਚੁੱਕੇ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਕਰੋਨਾ ਕੇਸਾਂ ਦੀ ਗਿਣਤੀ ਵਧ ਕੇ 77240 ਹੋ ਗਈ ਹੈ ਜਿਨ੍ਹਾਂ ਵਿੱਚੋਂ 47091 ਮਰੀਜ਼ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਨੇ ਦਿੱਲੀ ਵਿੱਚ ਕਰੋਨਾ ਮਹਾਮਾਰੀ ਦੇ 27357 ਐਕਟਿਵ ਕੇਸ ਨੇ ਤਾਮਿਲਨਾਡੂ ਵਿੱਚ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਕੇਸਾਂ ਦਾ ਅੰਕੜਾ 64622 ਤੱਕ ਪਹੁੰਚ ਗਿਆ ਸੂਬੇ ਵਿੱਚ 957 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤਾਮਿਲਨਾਡੂ ਵਿੱਚ 41357 ਮਰੀਜ਼ ਸੇਤਿਆ ਹੋ ਚੁੱਕੇ ਨੇ ਗੁਜਰਾਤ ਵਿੱਚ ਕੁੱਲ ਕੇ ਸੰਗਿਣਤੀ 30095 ਹੋ ਗਈ ਹੈ ਜਦਕਿ 1771 ਮਰੀਜ਼ ਜਾਨਾ ਗਵਾ ਚੁੱਕੇ ਨੇ ਮੌਜੂਦਾ ਸਮੇਂ ਗੁਜਰਾਤ ਵਿੱਚ 6294 ਐਕਟਿਵ ਕੇਸ ਨੇ ਅਤੇ 22030 ਮਰੀਜ਼ ਤੰਦਰੁਸਤ ਹੋ ਕੇ ਘਰ ਹੀ ਪਰ ਚੁੱਕੇ ਨੇ ਇਧਰ ਪੰਜਾਬ ਵਿੱਚ ਕੋਵਿਡ-19 ਦੀ ਪੁਸ਼ਟੀ ਵਾਲੇ ਕੇਸ 4957 ਹੋ ਗਏ ਨੇ ਜਿਨ੍ਹਾਂ ਵਿੱਚੋਂ 3201 ਮਰੀਜ਼ ਠੀਕ ਹੋ ਚੁੱਕੇ ਨੇ ਸੂਬੇ ਵਿੱਚ 1634 ਐਕਟਿਵ ਕੇਸ ਨੇ ਅਤੇ 122 ਮਰੀਜ਼ ਮਹਾਂਮਾਰੀ ਕਾਰਨ ਜਾਨ ਗਵਾ ਚੁੱਕੇ ਨੇ कोरोना वायरस महामारी ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੇ ਸਮੂਹ ਦੀ ਇੱਕ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋ ਰਹੀ ਹੈ ਸਿਹਤ ਮੰਤਰੀਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਅਸਰ ਅਤੇ ਪ੍ਰਬੰਧਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਇਸ ਦੌਰਾਨ ਕੋਵਿਡ-19 ਦੀ ਸਥਿਤੀ ਅਤੇ ਰੋਗਤਮ ਪ੍ਰਬੰਧਨ ਲਈ 11 ਉੱਚ ਪੱਧਰੀ ਸਮੂਹਾਂ ਨੂੰ ਦਿੱਤੇ ਗਏ ਕੰਮਾਂ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਕੀਤਾ ਜਾਵੇਗੀ ਦੇਸ਼ ਵਿੱਚ ਮੈਡੀਕਲ ਟੰਟੀਨੂ ਵਧੇਰੇ ਮਜ਼ਬੂਤ ਕਰਨ ਅਤੇ ਇਸ ਦੇ ਵਿਕਾਸ ਦਾ ਮੁੱਦਾ ਵੀ ਮੀਟਿੰਗ एजेंडे ਦਾ ਹਿੱਸਾ ਹੈ। ਬੈਠਕ ਵਿੱਚ ਕੰਟੇਨਮੈਂਟ ਜ਼ੋਨਾਂ ਸੰਬੰਧੀ ਨੀਤੀ ਅਤੇ ਪ੍ਰਬੰਧਕੀ ਪੱਖਾਂ ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਇਲਾਵਾ ਗ੍ਰਹਿ ਰਾਜ ਮੰਤਰੀ, ਜਹਾਦਰਾਨੀ ਰਾਜ ਮੰਤਰੀ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸੀ ਡੀ ਐਸ ਜਨਰਲ ਵਿਪਨ ਰਾਬਤ ਵੀ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ। ਭਾਰਤ ਅਤੇ ਜਰਮਨੀ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਆਪਸੀ ਭਾਈਵਲ ਨੂੰ ਅੱਗੇ ਤੋਂ ਸਹਿਮਤ ਹੋ ਗਏ ਨੇ ਬੀਤੇ ਦਿਨ ਦੋਹਾਂ ਦੇਸ਼ਾਂ ਦੇ ਦੇਸ਼ਕੱਤਰਾਂ ਵੱਲੋਂ ਵਰਚੁਅਲ ਮੀਟਿੰਗ ਦੌਰਾਨ ਕੋਵਿਡ-19 ਦੀਆਂ ਚੁਣੌਤੀਆਂ ਦਵਾਈਆਂ ਦੀ ਸਪਲਾਈ ਮੈਡੀਕਲ ਸਹਾਜ ਉਸਮਾਨ ਅਤੇ ਤਕਨੀਕ ਨੂੰ ਸਾਂਝਾ ਕਰਨ ਤੇ ਸਹਿਮਤੀ ਜਤਾਈ ਗਈ ਇਸ ਖੱਤਰ ਪੱਧਰ ਇਸ ਗੱਲਬਾਤ ਵਿੱਚ ਭਾਰਤ ਵੱਲੋਂ ਦੇਸ਼ਕੱਤਰ ਹਰਸ਼ਵਰਧਨ ਸ਼ਿੰਗਲਾ ਤੇ ਜਰਮਨ ਹਮਰਤਬਾ ਮਿਗਯੂਲ ਬਰਗਰ ਚਾਲਿਦ ਵੱਲੋਂ ਭਾਈਵਾਲੀ ਲਈ ਹੋਰਨਾਂ ਖੇਤਰਾਂ ਵਿੱਚ ਚਰਚਾ ਹੋਈ ਦੇਸ਼ ਮੰਤਰਾਲੇ ਨੇ ਬਿਆਨਚਾਰੀ ਕਰਦਿਆਂ ਦੱਸਿਆ ਕਿ ਦੋਹਾਂ ਦੇਸ਼ਾਂ ਨੇ ਖੇਤੀ ਅਤੇ ਆ ਕਿ ਪ੍ਰੇਸ਼ਦ ਵਿੱਚ ਭਾਰਤ ਦੇ ਅਸਥਾਈ ਮੈਂਬਰ ਵੱਜੋਂ ਅਗਲੇ ਕਾਰਜਕਾਲ ਸੰਬੰਧੀ ਵੀ ਗੱਲਬਾਤ ਕੀਤੀ ਗਈ। ਭਾਰਤ ਨੇ ਅਸਲ ਕੰਟਰੋਲ ਰੇਖਾ ਦੀ ਸਥਿਤੀ ਵਿੱਚ ਤਬਦੀਲੀ ਨੂੰ ਰੋਕਣ ਸੰਬੰਧੀ ਚੀਨ ਨੂੰ ਚੇਤਾਵਨੀ ਦਿੱਤੀ ਹੈ ਭਾਰਤ ਨੇ ਕਿਹਾ ਕਿ ਜੇਕਰ ਐਲਏਸੀ ਤੇ ਚੀਨ ਵੱਲੋਂ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਨਾਲ ਕੇਵਲ ਸਰਾਜਿਤ ਤੇ ਸ਼ਾਂਤੀ ਦਾ ਮਾਹੌਲ ਹੀ ਖਰਾਬ ਨਹੀਂ ਹੋਵੇਗਾ ਬਲਕਿ ਦੋਵੇਂ ਦੇਸ਼ਾਂ ਵਿਚਾਲੇ ਦੇ ਵਿੱਲੇ ਸਬੰਧਾਂ ਤੇ ਵੀ ਅਸਰ ਪਵੇਗਾ ਚੀਨ ਵਿੱਚ ਭਾਰਤੀ ਸਵਾਰਥਕਾਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਚੀਨ ਨੂੰ ਪੂਰਬੀ ਲਦਾਖ ਵਿੱਚ ਆਪਣੀਆਂ ਵਿਸਤਾਰਵਾਦੀ ਨੀਤੀਆਂ ਨੂੰ ਰੋਕਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਚੀਨੀ ਫੌਜਾਂ ਵੱਲੋਂ ਐਲਐਸਸੀ ਦੇ ਨਾਲ ਉਸਾਰੇ ਜਾ ਰਹੇ ਨਵੇਂ ਟਾਂਚੇ ਨੂੰ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਦਾਵਾ ਦਾ ਜਵਾਬ ਦੰਦਿਆ ਮਿਸਤਰੀ ਨੇ ਕਿਹਾ ਕਿ ਘਾਟੀ ਤੇ ਚੀਨ ਵੱਲੋਂ ਕੀਤਾ ਗਿਆ ਖੁਦਮਖਤਿਆਰੀ ਦਾ ਦਾਵਾ ਬਿਲਕੁਲ ਵੀ ਤਰਕਸੰਗਤ ਨਹੀਂ ਹੈ ਉਨਾ ਸਪਸ਼ਟ ਕੀਤਾ ਕਿ ਜਿਹੀ ਬੇਬੁਨਿਆਦ ਦਾਅਵਿਆਂ ਨਾਲ ਅਸਲ ਸਥਿਤੀ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਮਿਸਤਰੀ ਨੇ ਕਿਹਾ ਕਿ ਚੀਨ ਦੀ ਫੌਜ ਵੱਲੋਂ ਸਰੱਤ ਕੀਤੀ ਗਈ ਕਾਰਵਾਈ ਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪੁੱਜਾਏ ਅਤੇ ਚੀਨ ਨੂੰ ਭਵਿੱਖ ਵਿੱਚ ਜਿਹੀ ਹੀ ਕਾਰਵਾਈ ਕਰਨ ਤੋਂ ਗਰੇਜ਼ ਕਰਨਾ ਚਾਹੀਦਾ ਏ ਭਾਰਤ ਦੀ ਸਥਿਤੀ ਸਪਸ਼ਟ ਕਰਦਿਆਂ ਮਿਸਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਐਲਏਸੀ ਤੇ ਆਪਣੇ ਪਾਸੇ ਅਨੁਸਾਰੀ ਸਮੇਤ ਹੋਰ ਕਾਰਵਾਈ ਨੂੰ ਸੀਮਿਤ ਰੱਖਿਆ ਏ ਚੀਨ ਨੂੰ ਵੀ ਆਪਣੇ ਖੇਤਰ ਤੱਕ ਸੀਮਿਤ ਰਹਿਣਾ ਚਾਹੀਦਾ ਏ ਉਹਨਾਂ ਨੇ ਕਿਹਾ ਕਿ ਭਾਰਤ ਗਲਵਾਨ ਘਾਟੀ ਵਿੱਚ ਅਸਲ ਕੰਟਰੋਲ ਰੇਖਾ ਤੇ ਆਪਣੀ ਸਥਿਤੀ ਤੋਂ ਭਲੀ ਭਾਤ ਜਾਣੂ ਏ ਫੌਜ ਮੁਖੀ ਜਨਰਲ ਐਮ ਐਮ ਨਰਵਣੇ ਵੱਲੋਂ ਕੱਲ ਪੂਰਬੀ ਲਦਾਖ ਵਿੱਚ ਮੌਜੂਦਾ ਸਥਿਤੀ ਸੰਬੰਧੀ ਰੱਖਿਆ ਮੰਤਰੀ ਰਾਜਨਤ ਸਿੰਘ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ ਗਈ ਮੀਟਿੰਗ ਦੌਰਾਨ ਫੌਜ ਮੁਖੀ ਰੱਖਿਆ ਮੰਤਰੀ ਨੂੰ ਭਾਰਤ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜੀ ਤਿਆਰੀਆਂ ਤੋਂ ਜਾਣੂ ਕਰਵਾਇਆ ਫੌਜ ਮੁਖੀ ਨਰਵਣੇ ਨੇ 23 ਜੂਨ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਲਦਾਖ ਦਾ ਦੋ ਰੋਜ਼ਾ ਦੌਰਾ ਕੀਤਾ ਸੀ ਭਾਰਤੀ ਨੌਜਵਾਨ ਨੇ ਆਪਣੇ ਹਥਿਆਰ ਸਮਰੱਥਾ ਵਿੱਚ ਵਾਧਾ ਕਰਦਿਆਂ ਤਾਰਪੀਡੋ ਪ੍ਰਣਾਲੀ ਮਾਰੀਚ ਨੂੰ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ ਆਤਾਦੁਨਿਕ ਕਿਸਮ ਦੀ ਇਹ ਤਾਰਪੀਡੋ ਪ੍ਰਣਾਲੀ ਜੰਗ ਦੌਰਾਨ ਵੱਡੀ ਤੋਂ ਵੱਡੀ ਪੰਡੂਬੀ ਤਬਾਹ ਕਰਨੀ ਸਮਰੱਥਾ ਰੱਖਦੀ ਹੈ ਨੌਸੀਨਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਨੂੰ ਜੰਗੀ ਬੇੜਿਆਂ ਤੋਂ ਡਾਗਿਆ ਜਾ ਸਕਦਾ ਹੈ ਮਾਰੀਚ ਤਾਰਪੀਡੋ ਪ੍ਰਣਾਲੀ ਡੀਆਰਡੀਓ ਵੱਲੋਂ ਵਿਕਸਿਤ ਕੀਤਾ ਗਿਆ ਹੈ ਇਸ ਤੇ ਡਿਜ਼ਾਈਨ ਅਤੇ ਵਿਕਸਿਤ ਕਰਨ ਦੀ ਪੂਰੀ ਪ੍ਰਕਿਰਿਆ ਭਾਰਤ ਵਿੱਚ ਹੀ ਮੁਕੰਮਲ ਕੀਤੀ ਗਈ ਹੈ ਨੌਸੀਨਾ ਦੇ ਜੰਗੀ ਬੇੜੇ ਵਿੱਚ ਸਫਲਤਾਪੂਰਵਕ ਸ਼ਾਮਲ ਹੋਣ ਮਗਰੋਂ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਤਾਰਪੀਡੋ ਪ੍ਰਣਾਲੀ ਦਾ ਨਿਰਮਾਣ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਲਕੇ ਰੇਡੀਓ ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨੇ ਅੱਜ ਪ੍ਰਗਟਾਇਆ ਕਿ ਪਲਕੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੋਰੋਨਾ ਦੇ ਖਿਲਾਫ ਜੰਗ ਅਤੇ ਉਸਦੇ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਕਰ ਲਈ ਉਹਨਾਂ ਦੇ ਕੋਲ ਬਹੁਤ ਕੁਝ ਹੋਵੇਗਾ ਇਸ ਮਹੀਨਾਵਾਰ ਪ੍ਰੋਗਰਾਮ ਦੀ ਇਹ ਸ਼ਾਰਟ ਵਿੱਚ ਕੜੀ ਹੋਵੇ ਕਿ ਮਨ ਕੀ ਬਾਤ ਪ੍ਰੋਗਰਾਮ ਆਕਾਸ਼ ਵਣੀ ਦੇ ਨਾਲ ਨਾਲ ਨਾ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਜਿੱਥੇ ਆਪਣੀ ਸਰਕਾਰ ਦੇ ਪ੍ਰੋਗਰਾਮਾਂ ਲੋਕਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਨੇ ਉੱਥੇ ਲੋਕਾਂ ਦੇ ਸੁਝਾਵਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਕਈ ਲੋਕਾਂ ਨਾਲ ਉਹ ਸਿੱਧੀ ਗੱਲਬਾਤ ਵੀ ਕਰਦੇ ਨੇ ਜਿਸ ਤੇ ਚੱਲਦੇ ਆ ਮੰਨ ਕੀ ਬਾਤ ਪ੍ਰੋਗਰਾਮ ਵਧੇਰੇ ਹਰਮਨ ਪਿਆਰਾ ਹੋਇਆ ਹੈ ਦੇਸ਼ ਪਰ ਵਿੱਚ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਪੈਟਰੋਲ ਦੀਆਂ ਕੀਮਤਾਂ ਵਿੱਚ 25 ਪੈਸੇ ਡੀਜ਼ਲ ਦੀਆਂ ਕੀਮਤਾਂ ਵਿੱਚ 21 ਪੈਸੇ ਦਾ ਵਾਧਾ ਹੋਇਆ ਬੀਤੇ 10 ਹਫ਼ਤੇ ਵਿੱਚ ਪੈਟਰੋਲ ਦੀਆਂ ਕੀਮਤਾਂ 9 ਰੁਪਏ 12 ਪੈਸੇ ਵਧੀਆਂ ਨੇ ਜਦਕਿ ਡੀਜ਼ਲ ਵਿੱਚ 11 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਤੇਲ ਕੀਮਤਾਂ ਦਾ ਨਿਰਧਾਰਨ ਸੂਬਾ ਸਰਕਾਰਾਂ ਵੱਲੋਂ ਲਾਏ ਜਾਂਦੇ ਵੈਟ ਤੇ ਨਿਰਭਰ ਕਰਦਾ ਹੈ। ਦੂਜੇ ਪਾਸੇ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਲਾਗਤ ਵਿੱਚ ਵਾਧੇ ਦੇ ਚੱਲਦਿਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਤੇ ਲਾਕਡਾਊਨ ਦੌਰਾਨ 82 ਦਿਨਾਂ ਤੱਕ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਗਿਆ ਸੀ। ਤੇਲ ਕੀਮਤਾਂ ਵਿੱਚ ਵਾਧੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿੱਚ ਤਕਰੀਬਨ 10 ਵੱਡਾ ਕੀਤਾ ਸੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਧੰਨਵਾਦ